ਹਾਂਜੀ ਸਵਾਗਤ ਹੈ ਤੁਹਾਡੇ ਇੱਕ ਵਾਰ ਫਿਰ ਤੁਹਾਡੇ ਆਪਣੇ ਇਸ ਐਜੂਕੇਸ਼ਨਲ YouTube ਚੈਨਲ ਤੇ ਜਿਵੇਂ ਕਿ ਤੁਹਾਨੂੰ ਪਤਾ ਹੈ ਵਿਭਾਗ ਵੱਲੋਂ ਸਾਨੂੰ ਹਰ ਹਫਤੇ ਹਰ ਵੀਕ ਦੇ ਕੁਝ ਕੁਐਸਚਨ ਟਾਪਿਕ ਵਾਈਜ਼ ਭੇਜੇ ਜਾਂਦੇ ਹੈਗੇ ਤਾਂ ਹਫਤਾ 8 ਦੇ ਜੋ ਪ੍ਰਸ਼ਨ ਭੇਜੇ ਗਏ ਸੀ ਉਹਨਾਂ ਦੇ ਵਿੱਚ ਅੱਪ ਟਾਪਿਕ ਨੰਬਰ 3 ਤੁਹਾਡੇ ਲਈ ਹੱਲ ਕਰ ਰਹੇ ਹਾਂਗੇ ਟਾਪਿਕ ਦਾ ਨਾਮ ਹੈਗਾ ਦਸਤਕਾਰੀ ਅਤੇ ਅਧਿਯੋਗ ਠੀਕ ਹੈ ਇਹ ਤੁਹਾਡੀ 8ਵੀਂ ਜਮਾਤ ਦੀ ਬੁੱਕ ਦੇ ਵਿੱਚੋਂ ਟੌਪਿਕ ਲਿਆ ਗਿਆ ਹੈ ਇਸ ਤੋਂ ਪਹਿਲਾਂ ਦੋ ਆਪਾਂ ਟੌਪਿਕ ਹੱਲ ਕਰ ਚੁੱਕੇ ਅਗਰ ਤੁਸੀਂ ਨਹੀਂ ਵੇਖੇ ਤਾਂ ਡਿਸਕ੍ਰਿਪਸ਼ਨ ਦੇ ਵਿੱਚ ਉਹਨਾਂ ਦੇ ਲਿੰਕ ਨੇ ਤੁਸੀਂ ਉਹ ਵੇਖ ਸਕਦੇ ਹੋਗੇ ਤੇ ਆਪਣੀ ਪ੍ਰਸ਼ਨਾਂ ਦੀ ਤਿਆਰੀ ਕਰ ਸਕਦੇ ਹੋ ਤਾਂ ਆਉ ਸ਼ੁਰੂ ਕਰਦੇ ਹਾਂਗੇ ਅੱਜ ਦੀ ਵੀਡੀਓ ਦਾ ਸਾਡਾ ਪਹਿਲਾ ਪ੍ਰਸ਼ਨ ਹੈ ਸਰਕਾਰ ਨੇ ਮਜ਼ਦੂਰਾਂ ਦੀ ਹਾਲਤ ਸੁਧਾਰਨ ਲਈ ਕਿਹੜਾ ਐਕਟ ਪਾਸ ਕੀਤਾ ਹਾਂ ਜੀ ਇਸ ਐਕਟ ਦਾ ਨਾਮ ਸੀ ਫੈਕਟਰੀ ਐਕਟ ਨੰਬਰ 2 ਇੰਗਲੈਂਡ ਵਿੱਚ ਉਦਯੋਗਿਕ ਕ੍ਰਾਂਤੀ ਆਉਣ ਕਰਕੇ ਭਾਰਤ ਵਿੱਚ ਕਿਸ ਵਪਾਰ ਦਾ ਪਤਨ ਹੋ ਗਿਆ ਸੀ ਹਾਂਜੀ ਫਸਲ ਵਪਾਰ ਸੋਨਾ ਵਪਾਰ ਕਪੜਾ ਵਪਾਰ ਪ੍ਰਕਤ ਸਾਰੇ ਨਹੀਂ ਭਾਰਤ ਦੇ ਵਿੱਚ ਕਪੜਾ ਵਪਾਰ ਸੀ ਜਿਹੜਾ ਉਸ ਦਾ ਲਗਭਗ ਪਤਨ ਹੀ ਹੋ ਗਿਆ ਸੀ ਨੰਬਰ 3 ਉਦਯੋਗਿਕ ਕ੍ਰਾਂਤੀ ਦੇ ਸਮੇਂ ਇੰਗਲੈਂਡ ਨੂੰ ਸਭ ਤੋਂ ਜ਼ਿਆਦਾ ਕੱਚਾ ਮਾਲ ਕਿਸ ਦੇਸ਼ ਤੋਂ ਮਿਲਦਾ ਸੀ ਜਾਂ ਕਿਸ ਤੋਂ ਮਿਲਦਾ ਸੀ ਭਾਰਤ ਤੋਂ ਕਿਉਂ ਕਿ ਭਾਰਤ ਉੱਤੇ ਉਹਨਾਂ ਦੇ ਉਹਨਾਂ ਦਾ ਕਬਜ਼ਾ ਸੀ ਹਾਂਜੀ ਪ੍ਰਸ਼ਨ ਨੰਬਰ 4 ਦੀ ਅਪਾਂ ਗੱਲ ਕਰ ਲਈਏ ਕਾਫੀ ਦਾ ਪਹਿਲਾ ਬਾਗ ਭਾਰਤ ਦੇ ਕਿਸ ਹਿੱਸੇ ਵਿੱਚ ਲਗਾਇਆ ਗਿਆ ਹਾਂ ਜਿਹੜਾ ਕਾਫੀ ਦਾ ਪਹਿਲਾ ਬਾਗ ਸੀ ਉਹ ਭਾਰਤ ਦੇ ਕਿਸ ਹਿੱਸੇ ਦੇ ਵਿੱਚ ਲਗਾਇਆ ਗਿਆ ਸੀ ਦੱਖਣੀ ਭਾਰਤ ਦੇ ਵਿੱਚ ਠੀਕ ਹੈ ਸਾਊਥ ਇੰਡੀਆ ਜਿਹੜਾ ਭਾਰ ਦਾ ਹੇਠਲਾ ਹਿੱਸਾਗਾ ਉੱਥੇ ਜਿਹੜੀ ਕਾਫੀ ਸੀ ਉਹ ਉਗਾਈ ਗਈ ਨੰਬਰ 5 ਅੰਗਰੇਜ਼ੀ ਜੀ ਸ਼ਾਸਨ ਸਮੇਂ ਭਾਰਤ ਵਿੱਚ ਬਹੁਤ ਸਾਰੇ ਨਵੇਂ ਉਦਯੋਗਾਂ ਦੀ ਸਥਾਪਨਾ ਹੋਈ ਜਿਨ੍ਹਾਂ ਵਿੱਚ ਸੂਤੀ ਕੱਪੜਾ ਉਦਯੋਗ ਵੀ ਇੱਕ ਸੀ ਕੀ ਤੁਸੀਂ ਜਾਣਦੇ ਹੋ ਭਾਰਤ ਵਿੱਚ ਸੂਤੀ ਕੱਪੜੇ ਦਾ ਪਹਿਲਾ ਕਾਰਖਾਨਾ ਕਦੋਂ ਲਗਾਇਆ ਗਿਆ ਹਾਂਜੀ ਕਦੋਂ ਲਗਾਇਆ ਗਿਆ ਸੀ ਇਹ ਲਗਾਇਆ ਗਿਆ ਸੀ 1853 ਦੇ ਵਿੱਚ ਠੀਕ ਹੈ 1853 ਈਸਵੀ ਦੇ ਵਿੱਚ ਲਗਾਇਆ ਗਿਆ ਸੀ ਠੀਕ ਹੈ ਕਿੱਥੇ ਲਗਾਇਆ ਗਿਆ ਸੀ ਵੀ ਤੁਹਾਨੂੰ ਇਹ ਪ੍ਰਸ਼ਨ ਵੀ ਪੁੱਛਿਆ ਜਾ ਸਕਦਾਗਾ ਤਾਂ 1853 ਦੇ ਵਿੱਚ ਇਹ ਕਾਰਖਾਨਾ ਲਗਾਇਆ ਗਿਆ ਸੀ ਬੰਬਈ ਦੇ ਵਿੱਚ ਠੀਕ ਹੈ ਜਿਹਦਾ ਹੁਣ ਅਜੋਕਾ ਨਾਮ ਕੀ ਹੈਗਾ ਮੁੰਬਈ ਉਸ ਸਮੇਂ ਨੂੰ ਬੰਬਈ ਕਿਹਾ ਜਾਂਦਾ ਸੀ ਉੱਥੇ ਸਭ ਤੋਂ ਪਹਿਲਾਂ ਸੂਤੀ ਕੱਪੜੇ ਦਾ ਖਰਕਾਨਾ ਲਗਾਇਆ ਗਿਆ ਸੀ ਤੁਸੀਂ ਯਾਦ ਰੱਖਣਾਗਾ ਇਹ ਨੰਬਰ 6 ਭਾਰਤ ਵਿੱਚ ਲਘੂ ਉਦਯੋਗਾਂ ਦੇ ਪਤਨ ਦੇ ਕੀ ਕਾਰਨ ਸੀ ਹਾਂਜੀ ਕਿਹੜੇ-ਕਿਹੜੇ ਕਾਰਨ ਸੀ ਦੇਸੀ ਰਿਆਸਤਾਂ ਦਾ ਖਾਤਮ ਲਘੂ ਉਦਯੋਗਾਂ ਦੀਆਂ ਵਸਤੂਆਂ ਦੀ ਕੀਮਤ ਵੱਧ ਵੱਧ ਹੋਣਾ ਨਵੀਂ ਪੀੜੀ ਦੁਆਰਾ ਵੱਡੇ ਉਦਯੋਗਾਂ ਦੇ ਮਾਲ ਨੂੰ ਐਮਿਤ ਦੇਣਾ ਪ੍ਰੋਖਤ ਸਾਰੇ ਕਿ ਇਹ ਸਾਰੇ ਹੀ ਕਾਰਨ ਸੀ ਲਘੂ ਉਦਯੋਗਾਂ ਦੇ ਪਤਨ ਦੇ ਕ੍ਰਿਸ਼ਾ ਨੰਬਰ 7 ਲੋਕ ਮਸ਼ੀਨਾਂ ਦੁਆਰਾ ਤਿਆਰ ਬਸਤਾਂ ਜ਼ਿਆਦਾ ਖਰੀਦੇ ਸਨ ਕਿਉਂ ਠੀਕ ਹੈ ਦੇਖੋ ਤੁਹਾਨੂੰ ਸਿੰਪਲ ਜੀ ਇੱਕ ਉਦਾਹਰਣ ਦਿਆਂ ਜੇਕਰ ਤੁਸੀਂ ਹੈਂਡਮੇਡ ਜਿਹੜੀਆਂ ਚੀਜ਼ਾਂ ਹੱਥ ਨਾਲ ਬਣੀਆਂ ਨੇ ਉਹ ਖਰੀਦੋਗੇ ਤਾਂ ਉਹ ਮਹਿੰਗੀਆਂ ਵੀ ਹੋਣਗੀਆਂ ਕਿਉਂ ਕਿ ਉਹਨਾਂ ਤੇ ਮਿਹਨਤ ਜ਼ਿਆਦਾ ਲੱਗਦੀ ਹੈ ਉਹਨਾਂ ਦੀ ਦਿੱਖ ਵੀ ਮਸ਼ੀਨਾਂ ਦੀਆਂ ਜਿਹੜੀਆਂ ਵਸਤੂਆਂ ਤਿਆਰ ਨੇ ਉਹਨਾਂ ਦੇ ਨਾਲੋਂ ਜ਼ਿਆਦਾ ਵਧੀਆ ਨਹੀਂ ਹੋਏਗੀ ਇਸ ਕਰਕੇ ਲੋਕ ਮਸ਼ੀਨਾਂ ਵਾਲੀਆਂ ਵਸਤੂਆਂ ਜ਼ਿਆਦਾ ਖਰੀਦਦੇ ਆ ਕਿਉਂ ਕਿ ਉਹ ਸਸਤੀਆਂ ਨੇ ਦੇਖਣ ਦੇ ਵਿੱਚ ਸੁੰਦਰ ਨੇ ਬੇਸ਼ੱਕ ਉਹ ਬਿਲਕੁਲ ਨਹੀਂ ਚੱਲਣੀਆਂ ਪਰ ਫਿਰ ਵੀ ਲੋਕ ਸੁੰਦਰ ਤੇ ਸਸਤੀਆਂ ਹੋਣ ਕਰਕੇ ਉਹਨਾਂ ਨੂੰ ਜ਼ਿਆਦਾ ਖਰੀਦੇਗੇ ਜਿਵੇਂ ਪਹਿਲਾਂ ਦੇਖੋ ਇਤੇ ਕਾਰਨ ਹੈ ਮਸ਼ੀਨਾਂ ਦੁਆਰਾ ਤਿਆਰ ਵਸਤੂਆਂ ਦੀ ਸਫਾਈ ਵੱਧ ਹੁੰਦੀ ਹੈ ਭਾਰਤ ਵਿੱਚ ਤਿਆਰ ਬਸਤਾਂ ਤੋਂ ਸਸਤੀਆਂ ਹੁੰਦੀ ਸੀ ਮੈਂ ਤੁਹਾਨੂੰ ਦੱਸ ਰਹੀ ਵੀ ਇਹੜੀਆਂ ਵਸਤੂ ਹੱਥ ਨਾਲ ਹੀ ਤਿਆਰ ਕੀਤੀਆਂ ਜਾਣੀਆਂ ਕਿਉਂਕਿ ਉਹਨਗੀਆਂ ਮਹਿੰਗੀਆਂ ਤੇ ਮਸ਼ੀਨਾਂ ਵਾਲੀਆਂ ਵਸਤੂਆਂ ਸਸਤੀਆਂ ਨਮੀ ਪੀੜੀ ਵਧੇਰੇ ਫੈਸ਼ਨਬਲ ਵਿਵਸਥਾ ਪਸੰਦ ਕਰਦੀ ਹੈ ਤਾਂ ਇਹਦੇ ਲਈ ਉਪਰੋਕਤ ਸਾਰੇ ਉੱਤਰ ਆਪਣੇ ਕੋਲ ਸਹੀ ਆ ਜਾਣਗੇ ਪ੍ਰਸ਼ਨ ਨੰਬਰ 8 ਪਰਸਨ ਦੀ ਵਰਤੂ ਬੋਰੀਆਂ ਤੇ ਟਾਟ ਆਦ ਬਣਾਉਣ ਵਿੱਚ ਹੀ ਹੁੰਦੀ ਹੈ ਇਸ ਉਦਯੋਗ ਉੱਤੇ ਯੂਰਪੀਅਨ ਲੋਕਾਂ ਦਾ ਕਬਜ਼ਾ ਸੀ ਕੀ ਤੁਸੀਂ ਦੱਸ ਸਕਦੇ ਹੋ ਪਰਸਨ ਉਦਯੋਗ ਦੇ ਵਿਧੇਰਕਾਰ ਵਿਧੇਰੇ کارਖਾਨੇ ਕਿਸ ਖੇਤਰ ਵਿੱਚ ਲਗਾਏ ਗਏ ਬੰਗਾਲ ਪੱਛਮੀ ਬੰਗਾਲ ਦੇ ਵਿੱਚ ਲਗਾਏ ਗਏ ਸੀ ਪੱਛਮੀ ਬੰਗਾਲ ਦੇ ਵਿੱਚ ਇੱਕ ਖੇਤਰ ਹੈਗਾ ਠੀਕ ਹੈ ਸੈਰਮਪੁਰ ਕੀ ਨਾਮ ਉਸ ਖੇਤਰ ਦਾ ਸੈਰਮਪੁਰ ਪੱਛਮੀ ਬੰਗਾਲ ਇੱਥੇ ਸਭ ਤੋਂ ਪਹਿਲਾਂ ਪਾਟਸਨ ਦਾ ਕਾਰਖਾਨਾ ਲਗਾਇਆ ਗਿਆ ਸੀ 1854 ਦੇ ਵਿੱਚ ਠੀਕ ਹੈ 1854 ਦੇ ਵਿੱਚ ਤੁਹਾਨੂੰ ਇਹ ਪੁੱਛਿਆ ਜਾ ਸਕਦਾ ਹੈ ਪਾਟਸਨ ਦਾ ਪਹਿਲਾ ਕਾਰਖਾਨਾ ਭਾਰਤ ਵਿੱਚ ਕਦੋਂ ਲਗਾਇਆ ਗਿਆ 1854 ਕਿੱਥੇ ਲਗਾਇਆ ਗਿਆ ਸੇਰਮਪੁਰ ਬੰਗਾਲ ਪੱਛਮੀ ਬੰਗਾਲ ਪ੍ਰਸ਼ਨ ਨੰਬਰ 9 18ਵੀਂ ਸਦੀ ਦੇ ਅੰਤ ਵਿੱਚ ਕਿਸ ਫਸਲ ਦੀ ਖੇਤੀ ਬੰਗਾਲ ਅਤੇ ਬਿਹਾਰ ਵਿੱਚ ਸ਼ੁਰੂ ਹੋਈ ਜਿਸ ਨਾਲ ਕਿਸਾਨਾਂ ਦੁਆਰਾ ਅੰਗਰੇਜ਼ੀ ਪ੍ਰਸ਼ਾਸਨ ਵਿਰੁੱਧ ਕੀਤਾ ਮਹਾਨ ਵਿਦਰੋਹ ਜੁੜਿਆ ਹੋਇਆ ਹੈ ਗਾਂਜੀ ਕਿਹਦੀ ਖੇਤੀ ਸੀ ਇਹ ਨੀਲ ਦੀ ਖੇਤੀ ਨੀਲ ਦੀ ਖੇਤੀ ਦੇ ਖਿਲਾਫ ਬਹੁਤ ਸਾਰੇ ਵਿਦਰੋਹ ਵੀ ਹੋਏਗੇ ਅੰਗਰੇਜ਼ਾਂ ਦੇ ਖਿਲਾਫ ਪ੍ਰਸ਼ਨ ਨੰਬਰ 10 تنویر ਹਰ ਰੋਜ਼ ਸਵੇਰੇ ਉੱਠ ਕੇ ਸਭ ਤੋਂ ਪਹਿਲਾਂ ਚਾਹ ਪੀਂਦਾ ਹੈ ਉਸਦੇ ਦਾਦਾ ਜੀ ਨੇ ਉਸ ਨੂੰ ਦੱਸਿਆ ਕਿ ਚਾਹ ਦਾ ਪਹਿਲਾ ਬਾਗ ਅੰਗਰੇਜ਼ਾਂ ਦੁਆਰਾ ਲਗਾਇਆ ਗਿਆ ਸੀ ਇਹ ਤੁਸੀਂ ਦੱਸ ਸਕਦੇ ਹੋ ਇਹ ਚਾਹ ਦਾ ਪਹਿਲਾ ਬਾਕਿਸਤਾਨ ਦੇ ਵਿੱਚ ਲਗਾਇਆ ਗਿਆ ਸੀ ਹਾਂਜੀ ਇਹ ਕਦੋਂ ਲਗਾਇਆ ਗਿਆ ਸੀ 1852 ਈਸਵੀ ਦੇ ਵਿੱਚ ਤੇ ਕਿੱਥੇ ਸਭ ਤੋਂ ਵੱਧ ਚਾਹ ਕਿੱਥੇ ਪੈਦਾ ਹੁੰਦੀ ਹੈ ਵੀ ਅਸਾਮ ਚ ਤਾਂ ਅੰਗਰੇਜ਼ਾਂ ਨੇ ਚਾਹ ਦਾ ਆਪਣਾ ਪਹਿਲਾ ਬਾਗ ਅਸਾਮ ਦੇ ਵਿੱਚ ਲਗਾਏ ਸੀ 1852 ਈਸਵੀ ਦੇ ਵਿੱਚ ਪ੍ਰਸ਼ਨ ਨੰਬਰ 11 ਕਿਸ ਦੇਸ਼ ਦੀ ਕੌਫੀ ਨਾਲ ਮੁਕਾਬਲਾ ਹੋਣ ਕਾਰਨ ਭਾਰਤ ਦੀ ਕੌਫੀ ਦੀ ਮੰਗ ਰਾਸ਼ਟਰੀ ਪੱਧਰ ਤੇ ਘਟੋ ਗਈ ਹਾਂਜੀ ਕਿਹਦੇ ਨਾਲ ਮੁਕਾਬਲਾ ਸੀ ਭਾਰਤੀ ਕੌਫੀ ਦਾ ਬਰਾਜ਼ੀਲ ਦੀ ਕਾਫੀ ਦੇ ਨਾਲ ਇਸ ਕਰਕੇ ਬਰਾਜ਼ੀਲ ਦੀ ਕਾਫੀ ਦਾ ਮੁਕਾਬਲਾ ਭਾਰਤ ਦੀ ਤਿਆਰ ਕੀਤੀ ਕਾਫੀ ਸੇ ਨਹੀਂ ਕਰ ਪਈ ਇਸ ਕਰਕੇ ਇਸ ਦੀ ਮੰਗ ਘਟੋਗੀ ਅੱਜ ਵੀ ਵਿਸ਼ਵ ਦੇ ਵਿੱਚ ਸਭ ਤੋਂ ਵੱਧ ਕਾਫੀ ਪੈਦਾ ਕਰਨ ਵਾਲਾ ਦੇਸ਼ ਕਿਹੜਾ ਹੈ ਬਰਾਜ਼ੀਲ ਪ੍ਰਸ਼ਨ ਨੰਬਰ 12 ਆਧੁਨਿਕ ਉਦਯੋਗਿਕ ਵਿਕਾਸ ਦਾ ਭਾਰਤ ਤੇ ਬਹੁ ਡੂੰਗਾ ਪ੍ਰਭਾਵ ਪਿਆ ਇਸ ਦੇ ਨਤੀਜੇ ਵਜੋਂ ਹਾਂ ਜਿਹਦੇ ਨਤੀਜੇ ਵਜੋਂ ਕੀ ਆ ਸਮਾਜ ਵਿੱਚ ਪੂੰਜੀਪਤੀ ਦੇ ਮਜ਼ਦੂਰ ਵਰਗ ਪੈਦਾ ਹੋ ਗਏ ਭਾਰਤ ਵਿੱਚ ਪਹਿਲਾ ਫੈਕਟਰੀ ਐਕਟ ਪਾਸ ਹੋਇਆ ਨਵੇਂ-ਨਵੇਂ ਸ਼ਹਿਰਾਂ ਦਾ ਨਿਰਮਾਣ ਹੋਇਆ ਉਪਰੋਕਤ ਸਾਰੇ ਇਹ ਸਾਰੇ ਹੀ ਉੱਤਰ ਸਹੀ ਹੈ ਹਨ ਇਹਦੇ ਲਈ ਪ੍ਰਸ਼ਨ ਨੰਬਰ 13 ਭਾਰਤ ਵਿੱਚ ਜੁਲਾਈਆਂ ਨੇ ਕੱਪੜਾ ਬਣਾਉਣ ਲਈ ਸਭ ਤੋਂ ਪਹਿਲਾਂ ਕਿਸ ਰੇਸ਼ੇ ਦੀ ਵਰਤੋਂ ਕੀਤੀ ਸੀ ਆਂਦੀ ਕੀ ਦੀ ਰੇਸ਼ ਦੀ ਘਾ ਦੇ ਰੇਸ਼ ਦੀ ਵਰਤੋਂ ਕੀਤੀ ਸੀ ਸਭ ਤੋਂ ਪਹਿਲਾਂ ਭਾਰਤੀ ਜੁਲਾਈਆਂ ਨੇ ਕੱਪੜਾ ਬਣਾਉਣ ਦੇ ਲਈ ਪ੍ਰਸ਼ਨ ਨੰਬਰ 14 ਭਾਰਤ ਦੇ ਕਿਸ ਸਥਾਨ ਤੋਂ ਇਹ ਪ੍ਰਮਾਣ ਮਿਲੇ ਕਿ ਸਿੰਧ ਘਾਟੀ ਲੋਕਾਂ ਨੂੰ ਕਪੜਾ ਬਣਾਉਣ ਦੀ ਜਾਣਕਾਰੀ ਸੀ ਹਾਂਜੀ ਇਹਦੇ ਬਹੁਤ ਸਾਰੇ ਵਿਸ਼ੇਸ਼ ਸਾਨੂੰ ਹੜੱppa ਤੇ ਮਹਨਜੋਦੜੋ ਨਾਮਕ ਸਥਾਨਾਂ ਦੀ ਖੋਦਾਈ ਤੋਂ ਮਿਲੇਗੇ ਅੱਜ ਕੱਲ ਇਹ ਦੋਨੋਂ ਸਥਾਨ ਨੇ ਬਟਾ ਜਿਹੜੇ ਹੜੱppa ਤੇ ਮਹਨਜੋਦੜੋ ਇਹ ਦੋਨੋਂ ਸਥਾਨ ਹੀ ਪਾਕਿਸਤਾਨ ਦੇ ਵਿੱਚ ਨੇ ਠੀਕ ਹੈ ਯਾਦ ਰੱਖਣਾ ਕਿਈ ਵਾਰੀ ਤੁਹਾਨੂੰ ਪ੍ਰਸ਼ਨ ਪੁੱਛਿਆ ਜਾ ਸਕਦਾ ਹੈਗਾ ਹੜੱppa ਤੇ ਮਹਨਜੋਦੜੋ ਆਧੁਨਿਕ ਸਮੇਂ ਕਿਸ ਦੇਸ਼ ਦਾ ਹਿੱਸਾ ਹਨ ਪਾਕਿਸਤਾਨ ਦਾ ਨੰਬਰ 15 20ਵੀਂ ਸਦੀ ਵਿੱਚ ਮਹਾਤਮਾ ਗਾਂਧੀ ਜੀ ਦੇ ਅਗਵਾਈ ਹੇਠ ਭਾਰਤ ਵਿੱਚ ਹੱਥ ਨਾਲ ਬੁਨੇ ਡੈਸ਼ ਕੱਪੜੇ ਤਿਆਰ ਕੀਤੇ ਜਾਣ ਲੱਗੇ ਹਾਂਜੀ ਇਹਦੇ ਲਈ सूती ਅਤੇ ਰੇਸ਼ਮੀ ਦੋਨੋਂ ਆਪਸ਼ਨਾਂ ਸਹੀ ਨੇ सूती ਅਤੇ ਰੇਸ਼ਮੀ ਕੱਪੜੇ ਵੱਡੇ ਪੱਧਰ ਤੇ ਤਿਆਰ ਕੀਤੇ ਜਾਣ ਲੱਗੇ ਸੀ ਪ੍ਰਸ਼ਨ ਨੰਬਰ 16 ਹੇਠ ਲਿਖਿਆਂ ਵਿੱਚੋਂ ਕਿਹੜਾ ਕਥਨ ਸਹੀ ਹੈ ਸਹੀ ਦੱਸਣਾਗਾ ਅਸੀਂ ਇੰਗਲੈਂਡ ਵਿੱਚ ਉਦਯੋਗਿਕ ਕ੍ਰਾਂਤੀ ਆਉਣ ਨਾਲ ਭਾਰਤ ਵਿੱਚ ਕੱਪੜਾ ਵਪਾਰ ਦਾ ਪਤਨ ਹੋਣਾ ਸ਼ੁਰੂ ਹੋ ਗਿਆ ਹਾਂ ਜੀ ਇਹ ਸਹੀ ਹੈ। ਨੰਬਰ 2 ਯੂਰਪੀਅਨ ਵਪਾਰੀ ਕੱਪੜੇ ਤੇ ਮਸਾਲਿਆਂ ਦੇ ਵਪਾਰ ਕਰਨ ਭਾਰਤ ਵਿੱਚ ਆਏ ਸਨ ਇਹ ਵੀ ਸਹੀ ਹੈ। ਤਾਂ ਦੋਨੋਂ ਸਹੀ ਹੈ। ਪਹਿਲੀ ਆਪਸ਼ਨ ਸਹੀ ਆ ਜੇਗੀ। ਊੜਾ ਅਤੇ ਆੜਾ ਦੋਵੇਂ ਸਹੀ ਹਨ। ਠੀਕ ਹੈ। ਤਾਂ ਇਹ 16 ਪ੍ਰਸ਼ਨ ਸੀ ਇਸ ਟੌਪਿਕ ਦੇ ਜਿਹੜੇ ਕਿ ਆਪਾਂ ਹੱਲ ਕਰਨੇ ਹੈਗੇ ਤੁਸੀਂ ਯਾਦ ਕਰਨੇਗੇ ਆਪਾਂ ਹੱਲ ਕੀਤੇ ਹੈਗੇ ਤੇ ਤੁਸੀਂ ਇਹਨਾਂ ਨੂੰ ਚੰਗੀ ਤਰ੍ਹਾਂ ਯਾਦ ਕਰਨਾ ਕਿਉਂ? ਕਿਉਂਕਿ ਮੈਨੂੰ ਉਮੀਦ ਹੈ ਵੀ ਇਹਨਾਂ ਦੇ ਵਿੱਚ ਜਿਹੜੇ ਕੁਝ ਪ੍ਰਸ਼ਨ ਹੈਗੇ ਠੀਕ ਹੈ ਉਹ ਤੁਹਾਨੂੰ ਟਰਮ ਵੰਦ ਦੇ ਵਿੱਚ ਪੁੱਛੇ ਜਾ ਸਕਦੇ ਹੈਗੇ ਠੀਕ ਹੈ ਜਿਵੇਂ ਆਪਾਂ ਉਦਯੋਗਾਂ ਦੀ ਗੱਲ ਕੀਤੀ ਸੀ ਸੂਤੀ ਕੱਪੜਾ ਦੀ ਹੋਗਾ ਸਭ ਤੋਂ ਪਹਿਲਾਂ ਕਿੱਥੇ ਲੱਗਿਆ ਕਦੋਂ ਲੱਗਿਆ ਚਾਹ ਦਾ ਬਾਗ ਕਿੱਥੇ ਲਗਾਇਆ ਗਿਆ ਕਦੋਂ ਲਗਿਆ ਠੀਕ ਹੈ ਨੀਲ ਦੀ ਖੇਤੀ ਕਿਹੜੇ-ਕਿਹੜੇ ਖੇਤਰਾ ਵਿੱਚ ਹੁੰਦੀ ਸੀ ਠੀਕ ਹੈ ਸੂਤੀ ਕੱਪੜੇ ਦੇ ਵਿਸ਼ੇਸ਼ ਕਿੱਥੋਂ ਮਿਲੇਗੇ ਭਾਰਤੀ ਜੁਲਾਹਾਂ ਨੇ ਰੇਸ਼ਾ ਬਣਾਉਣ ਦੇ ਲਈ ਕੱਪੜਾ ਬਣਾਉਣ ਦੇ ਲਈ ਕਿਹੜੇ ਰੇਸ਼ੇ ਦੀ ਵਰਤੋਂ ਕੀਤੀ ਤਾਂ ਇਹ ਉਹ ਬਹੁਤ ਇੰਪੋਰਟੈਂਟ ਕੁਐਸਚਨ ਹੈਗੇ ਤੇ ਉਮੀਦ ਹੈ ਵੀ ਇਹਨਾਂ ਦੇ ਵਿੱਚ ਕੁਝ ਕੁਐਸਚਨ ਤੁਹਾਨੂੰ ਟਰਮ ਬੰਦ ਦੇ ਵਿੱਚ ਵੀ ਪੁੱਛੇ ਜਾ ਸਕਦੇ ਇਸ ਕਰਕੇ ਆਪਾਂ ਇਹਨਾਂ ਨੂੰ ਧਿਆਨ ਦੇ ਨਾਲ ਪੜ੍ਹ ਲਾਂਗਾ ਯਾਦ ਕਰਨਾਗਾ ਠੀਕ ਹੈ ਤੁਹਾਨੂੰ ਜਿਹੜੇ ਸਾਡੇ ਨੈਸ ਦਾ ਪੇਪਰ ਤਾਂ ਸਾਡਾ ਹੋ ਹੀ ਰਿਹਾਗਾ ਨਾਲ ਨਾਲ ਤਿਆਰੀ ਇਸ ਪਰ ਟਰਮ ਬੰਦ ਦੀ ਤਿਆਰੀ ਵੀ ਹੁਣ ਤੋਂ ਸ਼ੁਰੂ ਕਰਨੀ ਹੈ ਠੀਕ ਹੈ ਬੇਟਾ ওকে ਜੀ ਥੈਂਕ ਯੂ